बस मन के
ना जा इधरों में I'm not.
ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਨ। ਦੁਨਿਆਵੀ ਉਦਾਹਰਣ ਦੇ ਕੇ ਸਮਝਾਉਣ ਦੇ ਨਾਲ ਗੱਲ ਛੇਤੀ ਪਕੜ ਦੇ ਵਿੱਚ ਆ ਜਾਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਇਹ ਯਤਨ ਕੀਤਾ ਹੈ ਕਿ ਹਰੇਕ ਗੁਰੂ ਕੇ ਸਿੱਖ ਨੂੰ ਜਿਹੜਾ ਵੀ ਬਾਣੀ ਪੜ੍ਹੇ ਭਾਵੇਂ ਸਿੱਖ ਹੋਵੇ ਗੈਰ ਸਿੱਖ ਹੋਵੇ ਗੁਰਬਾਣੀ ਦੀ ਸਮਝ ਆ ਸਕੇ ਤੇ ਉਹ ਗੁਰਬਾਣੀ ਨੂੰ ਪੜ੍ਹ ਕੇ ਆਪਣੀ ਜੀਵਨ ਸੇਧ ਦੀ ਗੁਰਬਾਣੀ ਤੋਂ ਲੈ ਸਕੇ। ਸਤਿਗੁਰੂ ਇਹ ਸ਼ਬਦ ਤੇ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਰਾਗੀ ਸਿੰਘਾਂ ਦੇ ਬੋਲ ਇਸ ਪੰਕਤੀਆਂ ਦੇ ਅਰਥ ਕਈ ਵਾਰੀ ਸੁਣਨ ਕੰਨਾਂ ਨੂੰ ਤੇ ਬਹੁਤ ਵਧੀਆ ਸ਼ਬਦ ਲੱਗਦੇ ਹਨ ਪਰ ਕਈ ਵਾਰੀ ਇਸਦੇ ਅਰਥਾਂ ਦਾ ਨਹੀਂ ਪਤਾ ਲੱਗਦਾ ਕਿ ਗੁਰਬਾਣੀ ਕਹਿ ਕੀ ਰਹੀ ਹੈ। ਪੰਕਤੀ ਆਪਾਂ ਪੜ੍ਹੀ ਹੈ ਇਸਦੇ ਅਰਥ ਬੜੇ ਪਿਆਰੇ ਹਨ। ਸਤਿਗੁਰ ਕਹਿੰਦੇ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲਗੀ ਆਵੇ ਸੋਹਰੇ ਨਿਤ ਨਾ ਪਈਆ ਹੋਏ। ਸਤਿਗੁਰੂ ਜੀ ਕਹਿੰਦੇ ਇਉਂ ਸਮਝ ਲਓ ਕਿ ਸੰਸਾਰ ਤੇ ਆਪਾਂ ਜਿਤਨੇ ਜੀਵ ਹਾਂ ਸਾਰੇ ਜਿਵੇਂ ਇੱਕ ਧੀ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਉਸਨੂੰ ਇੱਕ ਦਿਨ ਪੇਕਾ ਘਰ ਛੱਡ ਕੇ ਤੇ ਸਹੁਰੇ ਘਰ ਜਾਣਾ ਪੈਂਦਾ ਹੈ। ਇਉਂ ਸਮਝ ਲਓ ਕਿ ਆਪਾਂ ਸਾਰੇ ਜੀਵ ਪੇਕੇ ਘਰ ਦੇ ਵਿੱਚ ਰਹਿ ਰਹੇ ਹਾਂ। ਪਰ ਸਤਿਗੁਰੂ ਕਹਿੰਦੇ ਕਿਸੇ ਧੀ ਨੇ ਇਹ ਗੱਲ ਤੇ ਵਾਰ ਵਾਰ ਸੁਣੀ ਹੋਵੇ ਵੀ ਮੈਂ ਇੱਕ ਦਿਨ ਪੇਕਾ ਘਰ ਛੱਡ ਜਾਣਾ ਹੈ ਤੇ ਸਹੁਰੇ ਘਰ ਚਲੇ ਜਾਣਾ ਹੈ ਪਰ ਉਹ ਸਹੁਰੇ ਘਰ ਜਾਣ ਦੀ ਤਿਆਰੀ ਕੋਈ ਨਾ ਕਰੇ ਭਾਵ ਮਾਂ ਤੋਂ ਕੋਈ ਚੱਜ ਵਿਹਾਰ ਕੋਈ ਕੰਮ ਹੀ ਨਾ ਸਿੱਖੇ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੁਣੇ ਕੰਨਾਂ ਦੇ ਨਾਲ ਇਹ ਗੱਲ ਤੇ ਬੜੀ ਵਾਰੀ ਸੁਣੀ ਇੱਕ ਧੀ ਨੇ ਵੀ ਇੱਕ ਦਿਨ ਪੇਕਾ ਘਰ ਛੱਡ ਜਾਣਾ ਹੈ ਸਹੁਰੇ ਘਰ ਜਾਣਾ ਹੈ ਪਰ ਜਾਣ ਦੀ ਤਿਆਰੀ ਕੋਈ ਨਾ ਕੀਤੀ ਮਾਂ ਤੋਂ ਕੋਈ ਚੱਜ ਹਜ਼ਾਰ ਕੋਈ ਕੰਮ ਨਹੀਂ ਸਿੱਖਿਆ। ਆਪਾਂ ਜਾਣਦੇ ਹਾਂ ਜਿਹੜੀ ਧੀ ਨੇ ਮਾਂ ਦੇ ਘਰ ਰਹਿ ਕੇ ਕੋਈ ਚੱਜ ਹਜ਼ਾਰ ਨਾ ਸਿੱਖਿਆ ਹੋਵੇ ਉਸ ਧੀ ਦਾ ਫਿਰ ਸਹੁਰੇ ਘਰ ਜਾ ਕੇ ਵਸੇਬਾ ਵੀ ਨਹੀਂ ਹੁੰਦਾ ਤੇ ਉਲਾਂਭੇ ਵੀ ਸੁਣਨੇ ਪੈਂਦੇ ਵੀ ਤੈਨੂੰ ਮਾਂ ਨੇ ਕੁਝ ਸਿਖਾਇਆ ਨਹੀਂ ਜਾਂ ਮਾਂ ਤੋਂ ਕੁਝ ਸਿੱਖਿਆ ਨਹੀਂ। ਸਤਿਗੁਰੂ ਇਸ ਤਰ੍ਹਾਂ ਸਮਝਾ ਰਹੇ ਹਨ ਕਹਿੰਦੇ ਇਸੇ ਤਰ੍ਹਾਂ ਇਸ ਜੀਵ ਨੇ ਬੜੀ ਵਾਰੀ ਇਹ ਗੱਲ ਤੇ ਆਪਣੇ ਕੰਨਾਂ ਦੇ ਨਾਲ ਸੁਣੀ ਹੈ ਕਿ ਆਪੋ ਆਪਣੀ ਵਾਰੀ ਦੇ ਨਾਲ ਆਪਾਂ ਸਭਨਾਂ ਨੇ ਚਲੇ ਜਾਣਾ ਹੈ ਪਰ ਉਸ ਧੀ ਵਾਂਗ ਤਿਆਰੀ ਕੋਈ ਨਹੀਂ ਕੀਤੀ ਕੋਈ ਚੰਗਾ ਕਰਮ ਕੋਈ ਨਹੀਂ ਕੀਤਾ ਜਿਸਦੇ ਜਾਣ ਦੇ ਨਾਲ ਇਸਨੂੰ ਦਰਗਾਹ ਦੇ ਵਿੱਚ ਜਿਹੜਾ ਹੈ ਵਿੱਚ ਮਾਣ ਸਤਿਕਾਰ ਮਿਲੇ ਇਹਦਾ ਇਹ ਜੀਵਨ ਸਫਲ ਹੋ ਸਕੇ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲਗੀ ਆਵੇ ਸੋਹਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਹੈ ਜਾਣ ਮੁੜਦੀ ਸਨ ਪੇਕੇ ਘਰ ਸਦਾ ਸੁੱਤੀ ਰਹੀ ਕੋਈ ਜਾਣ ਦੀ ਤਿਆਰੀ ਨਾ ਕੀਤੀ ਤੇ ਸਤਿਗੁਰ ਕਹਿੰਦੇ ਗੁਣਾ ਗਵਾਈ ਗੱਠੜੀ ਔਗੁਣ ਚੱਲੀ ਬੰਨ ਔਗੁਣਾਂ ਦੀਆਂ ਗੱਠੜੀਆਂ ਬੰਨ ਕੇ ਧੀ ਪੇਕੇ ਘਰ ਤੋਂ ਭਾਵ ਇਹ ਜੀਵ ਇਸਤਰੀ ਤੁਰ ਪਈ ਹੁਣ ਇਸਦੇ ਪੱਲੇ ਕੋਈ ਨਹੀਂ। ਇਸ ਕਰਕੇ ਸਤਿਗੁਰੂ ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਸਾਨੂੰ ਸਮਝਾਉਂਦੇ ਹਨ ਕਿ ਭਾਈ ਸੰਸਾਰ ਦੇ ਵਿੱਚ ਆਪਾਂ ਸਦਾ ਨਹੀਂ ਰਹਿਣਾ ਸਭਨਾਂ ਨੇ ਆਪੋ ਆਪਣੀ ਵਾਰੀ ਦੇ ਨਾਲ ਇਹ ਸੰਸਾਰ ਤੋਂ ਚਲੇ ਜਾਣਾ ਹੈ। ਇਸ ਕਰਕੇ ਉਸ ਪਰਮਾਤਮਾ ਦੇ ਨਾਮ ਦਾ ਤੂੰ ਰੰਗ ਮਾਣ ਲੈ ਪਿਆਰਿਆ ਜਾਂ ਜੋ ਬਣ ਦਾਉ ਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਆਓ ਸਾਰੇ ਗੱਲ ਕੇ ਪਾਵਨ ਦੀ ਸ਼ਬਦ ਆਪਣੀ ਪੰਕਤੀਆਂ ਦਾ ਸੁਣੀਏ। ਲਗੀ ਆਵੇ ਸੋਹਰੇ
ਹੱਥ ਘੁਮਾਉਣਾ ਬਸ ਪਕਾ ਦੇਣਾ ਧਰਮ ਵਾਲਾ
ਬੜੇ ਬਰੀਕੀ ਦੇ ਨਾਲ ਸਮਝੀਏ, ਇਹਨੇ ਸਾਡਾ ਨੁਕਸਾਨ ਬਹੁਤ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖੀਦਾ ਹੈ ਕੋਈ ਵੀ ਮਸਲਾ ਖੜਾ ਕਰਨਾ ਹੋਵੇ ਤੇ ਉਹ ਧਰਮ ਦੇ ਨਾਲ ਤੁਸੀਂ ਖੜਾ ਕਰ ਲਈਦਾ ਹੈ। ਇਸ ਕਰਕੇ ਧੰਨ ਤੋਂ ਨਾਲ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਿਆਰਾ ਸ਼ਬਦ ਹੈ ਸੰਬਦ ਸਾਹਿਬ ਨਾਲ ਲਿਖਿਆ, ਮਿਲ ਕਰ ਪਾਓ ਤੇਲ ਦੇਹੁ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰ ਕਹਿੰਦੇ ਜਦੋਂ ਸਾਡੇ ਕੋਲੋਂ ਕੋਈ ਜੀਵ ਆਤਮਾ ਵੀ ਛੱਡ ਜਾਵੇ, ਘਰ ਵਿੱਚੋਂ ਕੋਈ ਜੀਵ ਚਲਾ ਜਾਵੇ, ਕੋਈ ਸੰਬੰਧੀ ਚਲਾ ਜਾਵੇ, ਕਹਿੰਦੇ ਰੋਣਾ ਨਹੀਂ ਬਰਬਾਦ ਨਹੀਂ ਕਰਨੇ, ਉਸ ਰੱਬ ਨੂੰ ਉਲਾਂਭੇ ਨਹੀਂ ਦੇਣੇ ਤੇ ਕਰਨਾ ਕੀ ਹੈ, ਕਹਿੰਦੇ ਉਸਦੇ ਪਰਥਾਏ ਅਰਦਾਸ। ਅੱਜ ਤੇ ਥੋੜਾ ਜਿਹਾ ਯੁੱਗ ਪੜਿਆ ਲਿਖਿਆ ਹੈ, ਛੇਤੀ ਗੱਲ ਸਮਝ ਦੇ ਵਿੱਚ ਆ ਜਾਂਦੀ ਹੈ, 40-50 ਸਾਲ 100 ਸਾਲ ਪਿੱਛੇ ਚੱਲ ਜਾਈਏ। ਸਾਡੇ ਬਜ਼ੁਰਗ ਬੜੇ ਸਾਦੇ ਸਨ, ਉਹਨਾਂ ਨੂੰ ਪਤਾ ਨਹੀਂ ਸੀ, ਪਰ ਸਤਿਗੁਰਾਂ ਨੇ ਇਹਨਾਂ ਇਸ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਵੀ ਜਿਹੜੇ ਹਨ ਬੜੇ ਸਾਦੇ ਹਨ। ਸਤਿਗੁਰਾਂ ਨੂੰ ਪੁੱਛੀਏ ਵੀ ਸਤਿਗੁਰੂ ਜੀ ਅਰਦਾਸ ਕਿਸ ਤਰ੍ਹਾਂ ਕਰਨੀ ਹੈ, ਸਤਿਗੁਰੂ ਉਸ ਸਮੇਂ ਦੀ ਉਸ ਜ਼ਮਾਨੇ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ, ਭਾਵੇਂ ਕਿ ਅੱਜ ਵੀ ਉਹ ਤੇ ਧਾਰਨਾਵਾਂ ਚੱਲ ਰਹੀਆਂ। ਸਤਿਗੁਰੂ ਕਹਿੰਦੇ ਜਿਵੇਂ ਕਿਸੇ ਧੀ ਦਾ ਵਿਆਹ ਰੱਖਿਆ ਹੋਵੇ ਤੇ ਵਿਆਹ ਰੱਖਣ ਤੋਂ ਪਹਿਲਾਂ ਇੱਕ ਰਸਮ ਹੁੰਦੀ ਹੈ ਤੇਲ ਦੀ, ਸਖੀਆਂ ਇਕੱਠੀਆਂ ਹੋ ਕੇ ਉਹ ਭੈਣ ਦੇ ਸਿਰ ਦੇ ਵਿੱਚ, ਵਿਆਹ ਵਾਲੀ ਬੱਚੀ ਦੇ ਸਿਰ ਵਿੱਚ ਤੇਲ ਲਗਾਉਂਦੀਆਂ ਹਨ, ਨਾਲ ਸੁਹਾਗ ਦੇ ਗੀਤ ਗਾਉਂਦੀਆਂ ਹਨ, ਉਹ ਗੀਤਾਂ ਦੇ ਰਾਹੀਂ ਅਸੀਸਾਂ ਦਿੰਦੀਆਂ ਹਨ ਕਿ ਤੂੰ ਆਪਣੇ ਸਹੁਰੀ ਘਰੀ ਜਾ ਕੇ ਸੁਖੀ ਵਸੇ। ਸਤਿਗੁਰੂ ਉਦਾਹਰਣ ਦੇ ਕੇ ਸਮਝਾਉਂਦੇ ਹਨ, ਕਹਿੰਦੇ ਬਸ ਉਹਨਾਂ ਸਖੀਆਂ ਵਾਂਗ ਇਕੱਠਿਆ ਹੋ ਜਾਣਾ ਸੰਗਤੀ ਰੂਪ ਦੇ ਵਿੱਚ, ਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਜਿਹੜੀ ਜੀਵ ਆਤਮਾ ਸਾਡੇ ਤੋਂ ਵਿਛੜ ਕੇ ਗਈ ਹੈ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਜਦੋਂ ਸਾਹ ਲਿਖਿਆ ਜਾਂਦਾ, ਵਿਆਹ ਦਾ ਦਿਨ ਲਿਖਿਆ ਜਾਂਦਾ, ਲਿਖਿਆ ਜਾਂਦਾ ਹੈ, ਫਿਰ ਸਤਿਗੁਰੂ ਕਹਿੰਦੇ ਉਹ ਸਖੀਆਂ ਇਕੱਠੀਆਂ ਹੋ ਕੇ ਸੁਹਾਗ ਦੇ ਗੀਤ ਗਾਉਂਦੀਆਂ ਹਨ, ਸਖੀ ਨੂੰ ਅਸੀਸਾਂ ਦਿੰਦੀਆਂ ਹਨ। ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੁ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਅਗਲੀਆਂ ਪੰਕਤੀਆਂ ਦੇ ਅਰਥ ਜਿੰਨੇ ਆਪਾਂ ਜੀ ਬੈਠੇ ਆਪਣੇ ਵਾਸਤੇ, ਸਤਿਗੁਰੂ ਕਹਿੰਦੇ ਘਰ ਘਰ ਇਹ ਪਹੁੰਚਾ, ਸਦੜੇ ਨਿਤ ਪਵਨ ਸਦਨਹਾਰਾ ਸਿਮਰੀਏ ਨਾਨਕ ਸੇ ਦੇ ਅਵਨ। ਸਤਿਗੁਰੂ ਇਹ ਲਾਹੌਰ ਇਲਾਕੇ ਪਾਕਿਸਤਾਨ ਦੀ ਬੋਲੀ ਦਾ ਸ਼ਬਦ ਹੈ, ਜਿਹੜੇ ਪਰਿਵਾਰ ਉਸ ਇਲਾਕੇ ਤੋਂ ਉੱਠ ਕੇ ਆਏ ਹਨ ਸਤਿਗੁਰੂ ਉਹ ਵਰਤ ਰਹੇ ਹਨ। ਉਹ ਜਦੋਂ ਬੱਚੀ ਦਾ ਕਿਸੇ ਧੀ ਦਾ ਵਿਆਹ ਰੱਖਦੇ ਹਨ, ਆਪਾਂ ਦੁਆਬੇ ਦੇ ਵਿੱਚ ਇਹ ਗੱਲ ਕਹੀ ਦੀ ਵੀ ਕੁੜੀ ਦੀ ਸਾਏ ਦੀ ਚਿੱਠੀ ਤੋੜਨੀ ਨਹੀਂ, ਆਪਾਂ ਇਹ ਲੰਬੀ ਵਰਤੀ ਦੇ ਹਾਂ। ਜਿਹੜੇ ਪਾਕਿਸਤਾਨ ਤੋਂ ਪਰਿਵਾਰ ਆਏ ਹਨ ਉਹ ਕਹਿੰਦੇ ਕੁੜੀ ਦਾ ਭੋਜਾ ਤੋੜਨਾ, ਆਪਾਂ ਕਹਿੰਦੇ ਸਾਏ ਦੀ ਚਿੱਠੀ ਤੋੜਨੀ, ਉਹ ਕਹਿੰਦੇ ਕੁੜੀ ਦਾ ਭੋਜਾ ਤੋੜਨਾ। ਸਤਿਗੁਰੂ ਉਸ ਉਦਾਹਰਣ ਦੇ ਕੇ ਕਹਿ ਰਹੇ ਹਨ, ਸਤਿਗੁਰੂ ਕਹਿੰਦੇ ਘਰ ਘਰ ਇਹੋ ਪਹੁੰਚਾ। ਸਤਿਗੁਰੂ ਕਹਿੰਦੇ ਵੀ ਜਿਹੜੇ ਘਰ ਦੇ ਵਿੱਚੋਂ ਸਾਏ ਦੀ ਚਿੱਠੀ ਤੋੜ ਦਿੱਤੀ ਜਾਵੇ, ਉਹ ਸਾਏ ਦੀ ਚਿੱਠੀ ਦੇ ਵਿੱਚ ਤਰੀਕ ਵਾਰ ਦਿਨ ਬਰਾਦੀਆਂ ਦੀ ਗਿਣਤੀ ਸਭ ਕੁਝ ਲਿਖਿਆ ਹੋਇਆ ਹੋਇਆ। ਸਤਿਗੁਰੂ ਕਹਿੰਦੇ ਜਦੋਂ ਸਾਏ ਦੀ ਚਿੱਠੀ ਜਿਹੜੀ ਧੀ ਦੀ ਤੋੜ ਦਿੱਤੀ, ਉਸ ਧੀ ਨੂੰ ਪੇਕੇ ਘਰ ਦੇ ਵਿੱਚ ਕੋਈ ਰੱਖ ਨਾ ਸਕਦਾ, ਉਦੋਂ ਫਿਰ ਪੇਕਾ ਘਰ ਛੱਡਣਾ ਹੀ ਪਵੇਗਾ। ਤੇ ਕਹਿੰਦੇ ਇਸੇ ਤਰ੍ਹਾਂ ਜਿਵੇਂ ਉਹ ਸਾਏ ਦੀ ਚਿੱਠੀ ਹਰੇਕ ਧੀ ਵਾਲੇ ਦੇ ਪੁੱਤ ਵਾਲੇ ਦੇ ਘਰ ਪਹੁੰਚ ਜਾਣੀ ਹੈ ਤੇ ਧੀ ਨੂੰ ਪੇਕਾ ਘਰ ਛੱਡਣਾ ਪੈਣਾ ਹੈ, ਆਪੋ ਆਪਣੀ ਵਾਰੀ ਦੇ ਨਾਲ ਸਾਰੇ ਜਾ ਰਹੇ ਹਨ। ਸਦਨੇ ਨਿਤ ਪਵਨ ਸਤਨਹਾਰਾ ਸਿਮਰੀਏ ਨਾਨਕ ਸੇਹ ਦੇ ਅਵਨ। ਸਤਿਗੁਰ ਕਹਿੰਦੇ ਇਸ ਕਰਕੇ ਉਹ ਸਤਨਹਾਰ ਪਰਮਾਤਮਾ ਨੂੰ ਚੇਤੇ ਦੇ ਵਿੱਚ ਲਿਖੀ। ਆਓ ਹੁਣ ਸ਼ਬਦ ਆਪਾਂ ਪੜ੍ਹਾਂਗੇ ਸਾਰੇ ਰਲ ਕੇ, ਆਓ ਕੀਰਤਨ ਦੁਆਰਾ।
ਸੰਮਤ ਸਾਹਾ ਲਿਖਿਆ ਬਿਨ ਕਿਰਪਾਵ ਤੇਰ ਦੇਵ ਸਜਣ ਸਿਸਰੀਆਂ ਜੋ ਹੋਵੇ ਸਾਹਿਬ ਸੋਏ ਸਤਿਗੁਰੂ ਦੀ ਕਿਰਪਾ ਕਰਨ ਕੋਸ਼ਿਸ਼ ਕਰਨ ਅਤੀ ਸਤਿਕਾਰ ਕਰਨ ਸਰਬਵਾਸੀ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਦੇ ਪਾਸੋਂ ਦੁਨਿਆਵੀ ਸਫ਼ਰ ਦੁਨਿਆਵੀ ਯਾਤਰਾ ਕਰਦਿਆਂ ਜਾਣੀ ਅਣਜਾਣੇ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਸਤਿਗੁਰੂ ਅਤੇ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ ਸਤਿਗੁਰੂ ਦੀ ਭੁੱਲਾਂ ਨੂੰ ਨਾ ਚਿਤਾਰਦਿਆਂ ਹੋਇਆਂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਕੋਸ਼ਿਸ਼ ਕਰ ਅਤੇ ਪਿੱਛੇ ਸਾਰੇ ਹੀ ਪਰਿਵਾਰ ਨੂੰ ਸਤਿਗੁਰੂ ਦੀ ਭਾਣ ਮੰਨਣ ਦਾ ਬੜਾ ਕੋਸ਼ਿਸ਼ ਕਰਨ ਅਤੀ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਜੀ ਕਹਿਣ ਦਾ ਵੀਰ ਕੁਲਵਿੰਦਰ ਸਿੰਘ ਜੀ ਸਾਰੇ ਹੀ ਪਰਿਵਾਰ ਨੂੰ ਸਤਿਗੁਰੂ ਦੀ ਭਾਣ ਮੰਨਣ ਦਾ ਬੜਾ ਕੋਸ਼ਿਸ਼ ਕਰਨ ਗਿਆਨੀ ਜੀ ਦੱਸ ਰਹੇ ਸਨ ਕਿ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਬਜ਼ੁਰਗਾਂ ਨੇ ਆਪਣੇ ਜੀਵਨ ਨੂੰ ਬਹੁਤ ਸੁਚੱਜੇ ਢੰਗ ਦੇ ਨਾਲ ਜਿਉਣ ਦਾ ਯਤਨ ਕੀਤਾ ਹੈ ਕਿਉਂਕਿ ਬੰਦਾ ਯਤਨ ਹੀ ਕਰ ਸਕਦਾ ਜੇ ਦਾਵਾ ਨਹੀਂ ਕਰ ਸਕਦਾ ਆਪਾਂ ਸਾਰੇ ਹੀ ਭੁੱਲਣਹਾਰ ਹਾਂ ਬਸ ਇਤਨਾ ਫਰਕ ਹੈ ਕੋਈ ਦੋ ਚਾਰ ਭੁੱਲਾਂ ਵੱਧ ਕਰਦਾ ਹੈ ਕੋਈ ਘੱਟ ਕਰਦਾ ਹੈ ਆਪਾਂ ਸਾਰੇ ਭੁੱਲਣਹਾਰ ਹਾਂ ਭੁੱਲਣ ਅੰਦਰ ਸਭ ਤੋਂ ਆ ਭੁੱਲ ਗੁਰੂ ਕਰਤਾਰ ਪਰਮਾਤਮਾ ਆਪ ਹੈ ਜਿਹੜਾ ਨਹੀਂ ਭੁੱਲਦਾ ਬਾਕੀ ਆਪਾਂ ਸਾਰੇ ਹੀ ਜੀਵਨ ਭੁੱਲਣਹਾਰ ਹਾਂ ਸਤਿਗੁਰੂ ਦੀ ਭੁੱਲਾਂ ਨੂੰ ਨਾ ਚਿਤਾਰਦਿਆਂ ਹੋਇਆ ਆਪਣੇ ਚਰਨਾਂ ਵਿੱਚ ਨਿਵਾਸ ਕੋਸ਼ਿਸ਼ ਕਰਨ ਪਿੱਛੇ ਸਾਰੇ ਹੀ ਪਰਿਵਾਰ ਨੂੰ ਸਤਿਗੁਰੂ ਦੀ ਭਾਣਾ ਮੰਨਣ ਦਾ ਬਾਅਦ ਕੋਸ਼ਿਸ਼ ਕਰਨ ਮਾਪੇ ਭਾਵੇਂ ਸੋਹਰਿਆਂ ਦੇ ਹੋ ਜਾਣ ਬਹੁਤ ਲੰਬੇਰੀ ਉਮਰ ਭੋਲ ਲੈਣ ਮਾਪਿਆਂ ਦੀ ਤੇ ਫਿਰ ਵੀ ਸਦਾ ਹੀ ਜਿਹੜੀ ਹੈ ਬੱਚਿਆਂ ਨੂੰ ਲੋੜ ਹੈ ਮਾਂ ਬਾਰੇ ਵਿਦਵਾਨਾਂ ਦੀ ਬੁੱਧੀਜੀਵਾਂ ਦੀ ਆਪਾਂ ਸਾਰੇ ਕਹਿੰਦੇ ਹਾਂ ਕਿ ਮਾਂ ਵਰਗਾ ਸੰਸਾਰ 'ਤੇ ਕੋਈ ਰਿਸ਼ਤਾ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਪਿਤਾ ਦੀ ਵੀ ਇੱਕ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਬੜੀ ਵੱਡੀ ਕੁਰਬਾਨੀ ਹੁੰਦੀ ਹੈ ਕੁਦਰਤ ਪਰਮਾਤਮਾ ਵੱਲੋਂ ਦੋਵਾਂ ਦੇ ਸੁਭਾਅ ਦੇ ਵਿੱਚ ਭਾਵੇਂ ਫਰਕ ਹੈ ਮਾਂ ਦਾ ਪਿਆਰ ਮਾਂ ਦੀ ਮਮਤਾ ਦਿਸਦੀ ਹੈ ਪਿਤਾ ਦਾ ਪਿਆਰ ਦਿਖਾਈ ਨਹੀਂ ਦਿੰਦਾ ਜਿੱਥੇ ਇੱਕ ਮਾਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਚੰਗੇ ਸੁਪਨੇ ਸਿਰਜਦੀ ਹੈ ਉੱਥੇ ਉਹਨਾਂ ਸੁਪਨਿਆਂ ਨੂੰ ਪੂਰੇ ਕਰਨ ਵਾਸਤੇ ਇੱਕ ਪਿਤਾ ਦਿਨ ਰਾਤ ਭੱਜ ਦੌੜ ਕਰਦਾ ਹੈ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਸ ਕਰਕੇ ਇੱਕ ਪਿਤਾ ਦਾ ਵੀ ਬਹੁਤ ਵੱਡੀ ਦੇਣ ਹੁੰਦੀ ਹੈ ਬੱਚਿਆਂ ਵਾਸਤੇ ਉਹ ਆਪਣੇ ਚਾਵਾਂ ਨੂੰ ਮਾਰ ਕੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਦਿਨ ਰਾਤ ਜਿਹੜਾ ਹੈ ਭੱਜ ਦੌੜ ਕਰਦਾ ਹੈ ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਰਮਲ ਸਿੰਘ ਜੀ ਦੁਰਗਾ ਨੇ ਆਪਣੇ ਬੱਚਿਆਂ ਵਾਸਤੇ ਬਹੁਤ ਉਹਨਾਂ ਦਾ ਸਮਾਜਿਕ ਤੌਰ 'ਤੇ ਆਰਥਿਕ ਤੌਰ 'ਤੇ ਪਰਿਵਾਰ ਨੂੰ ਬਹੁਤ ਚੰਗੀ ਜਗ੍ਹਾ 'ਤੇ ਉਹ ਦੇਖ ਕੇ ਗਏ ਹਨ ਬਹੁਤ ਹੀ ਪਰਿਵਾਰ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਇਲਾਕੇ ਦਾ ਬਹੁਤ ਪ੍ਰੇਮ ਵਾਲਾ ਪਰਿਵਾਰ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਵਿੱਚ ਸਤਿਗੁਰਾਂ ਦੀ ਪਰਿਵਾਰ ਨੂੰ ਬਾਣੀ ਦੇ ਨਾਲ ਜੋੜ ਕੇ ਰੱਖਣ ਜਿਤਨੀਆਂ ਸਿੱਖ ਸੰਗਤਾਂ ਆਈਆਂ ਹਨ ਪਰਿਵਾਰ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ 'ਤੇ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੇ ਸੁੱਖ ਦੇ ਤਾਂ ਜੈ ਆਰਾਧੀ ਦੁੱਖ ਵੀ ਹੋਵੇ ਤੇ ਆਈ ਦੁੱਖ ਹੋਵੇ ਸੁੱਖ ਹੋਵੇ ਗੁਰੂ ਕਾ ਸਿੱਖ ਗੁਰੂ ਦੀ ਮੰਜ਼ੂਰੀ ਵਿੱਚ ਬੈਠ ਕੇ ਆਪਣੇ ਗੁਰੂ ਦੇ ਨਾਲ ਦੀ ਸੰਗਤ ਦੇ ਨਾਲ ਸਾਥ ਪਾਉਂਦਾ ਹੈ ਸੋ ਜਿਤਨੀਆਂ ਸਿੱਖ ਸੰਗਤਾਂ ਪਰਿਵਾਰ ਵੱਲੋਂ ਸਾਰੇ ਦਾ ਬਹੁਤ ਬਹੁਤ ਧੰਨਵਾਦ ਆਓ ਸਾਰੇ ਦਾ ਗ੍ਰੰਥ ਸਾਹਿਬ ਜੀ ਦਾ ਜਾਪ ਉਪਰੰਤ ਸਤਿਗੁਰਾਂ ਦੀ ਅਰਦਾਸ
अंतम अरदाश वास्ते सच्चे पातशाह जी आप जी की पावन हजूरी विच संगतां दी कतरता हुई है। आप जी की पावन हजूरी विच गुरबाणी कीर्तन गुरमत विचारां दे सांझ हुई है। आनंद साहिब जी दीआं छे पौड़ियां दे पाठ हुए सतगुरु जी समुचियां सेवावां निभाउंदे हुए भुल चुक खिमा कर दिया समझ बख्श नूं सतगुरु जी कृपा करनी अपने चरणों की प्रीति बख्शिश करनी परिवार में सुख वरतानी समुचे परिवार में आपसी प्रेम प्यार इतफाक सुख शांति चढ़ी कला बख्शिश करनी बच्चों के सिर से मेहर भरिया हथ रखना सतगुरु जी परिवार को भाणा मनण का बल उत्साह बख्शिश करना पातशाह जीओ आप जी के हजूर आप जी के बख्शे हुए खजाने टुकड़ा प्रशाद की देख सकते हाजिर हुई है। गुरु दिया संगतां ने गुरु के लंगर सजा के हाजिर हुए हैं। पातशाह जी का प्रवान करो प्रवान हुई कड़ा प्रसादी दे गुरु के लंगर संगत विच वरताउण दी आग्या बख्शो जी। पातशाह जी समुचे परिवार वालों बापू निर्मल सिंह जी नूं समर्पित हुंदे हुए उन्हां दी याद विच पातशाह जी गुरुद्वारा साहिब की सेवा वास्ते कुर्सियां की सेवा हुई है। शमशान घाट नूं जांदे हुए रस्ते विच सच्चे पातशाह जी का शेड बनाउण दी सेवा परिवार वालों कीती जाणी है। आप जी कृपा करके सेवकों दोक भावनावान संपूर्ण करनिया पातशाह जी सेवकों के सिर पर मेहर भरिया हथ रखना जिन्हों खजानिया जो रस्ता माया आई सुन खजाने भरपूर करने कीर्तक माइया वाधे बख्शिश करने पातशाह जी देश प्रदेश अंग संग होकर सहायक होना हर मदान फतेह बख्शिश करने पातशाह जी दूरों नेड़ियों चल के आई सुन संगत की हाजरी तिल फुल के ढावा प्रवान करनिया सरबत के कार्य राश करने पातशाह जीओ समागमा की समाप्ति की अरदास भुल चुक माफ करनी कृपा करो जी पावन पवित्र हुक्म बख्श के संगत को किरदार करो सिख पढ़ वाहिगुरु जी का खालसा वाहिगुरु जी की फतेह दोहरा पाटिया भई अकाल की सब सिखन को हुक्म है ग्रंथ जी मान्यो जो प्रभु को मिल को चाहे कोज शब्द में राज करेगा आकी रहे ना क्वार कोई सब मिलेंगे बचे शरण जो बोले सो ओ खा
ठप ठप नुई करम जा। मेरे मन जप राम नाम हर माझा, कृपा प्रभु धारी गुर ज्ञान दियो मन समझा। मेरे मन जप राम नाम हर माझा, हर हर कृपाल कृपा प्रभु धारी गुर ज्ञान दियो मन समझा। रहाओ हर कीरत कलयुग पद उत्तम, हर पाइये सतगुर माझा। हौ बलिहारी सतगुर अपने, जिन गुप्त नाम परगाजा। दर्शन साध मिलियो बट भागी, सब किलविक गए गवाजा। सतगुर शाह पाया मठ दाना, हर किए बहुगुण सांझा। जिनको कृपा करी जग जीवन, हर उर धारियो मन माझा। धर्म राये दर कागज फाले, जन नानक लिखा समझा। जिनको कृपा करी जग जीवन, हर उर धारियो मन माझा। धर्म राय दर कागज फाड़े, जन नानक लेखा समझा। वाहिगुरु जी का खालसा, वाहिगुरु जी की फतेह। गुरु ग्रंथ साहिब जी हो सतगुरु पातशाह जी की पावना वे प्रबानिया में चल हम जो जीव सुबिन से है पर आज के काम सबना मरना आया विछोड़ा सबना इस संसार के ऊपर जो भी जीव वस्तु पदार्थ आकार में उसने एक दिन इस संसार में छक के चले जाना है। ये रब का अटल निजन है, सुगम है। जमण मरना हुक्म है, पानी और जीव पदार्थ इसकी होंद भी वाहिगुरु परमेश्वर के बनाए हुए निजमां दे विच ही होंदी है। ग्रोथ वादा भी उस वाहिगुरु परमेश्वर के प्रकृति के लाभ नेचर जो कुदरत का विधान है उसके अनुसार होंदी है। और हर एक चीज़ का पदार्थ का जीव का अंत भी निश्चित है। हम पातशाह जी ने बड़िया सटीक उदाहरण देखिए सानू समझाने का यत्न किया है। चिंता ताकी कीजिए जो अनहोनी होए, इह मार्ग संसार को नान खिरने होए। इंग्लिश हैपनिंग नहीं है, अटल सच्चाई है। संसार के ऊपर वड्डे वड्डे महापुरुष कहे जाते हैं, देवी देवते अवतार ही संसार की आई शरीर करके और उन्होंने उस निजम हुक्म के संसार को रुखसत होना होना। नवे पातशाह के बड़े प्यारे वचन सानू सारियां नू याद हैं, राम गयो रावण गयो जाग को बहु परवार, कौ नानक किछु फिर नहीं
ਸੁਪਨੇ ਜਿਉਂ ਸੰਸਾਰ। ਸ਼ੁਭ ਰੁਖਸਾ ਸਿੰਘ ਜੀ, ਬਾਪੂ ਨਿਰਮਲ ਸਿੰਘ ਜੀ, ਉਸ ਵਾਹਿਗੁਰੂ ਪਰਮੇਸ਼ਵਰ ਜੀ ਹੁਕਮ ਰਜ਼ਾ ਦੇ ਵਿੱਚ ਬਣਾਏ ਬਣਾਏ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਇਸ ਸੰਸਾਰ 'ਤੇ ਆਏ। ਜੋ ਵੀ ਉਹਨਾਂ ਦਾ ਜੀਵਨ ਸੀ, ਆਪਣੇ ਜੀਵਨ ਨੂੰ ਨਿਭਾਉਂਦਿਆਂ ਹੋਇਆ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ, ਆਪਣੇ ਪਤੀ ਵਾਲੇ ਫਰਜ਼, ਪਿਤਾ ਵਾਲੇ ਸਮਾਜਿਕ ਰਿਸ਼ਤਿਆਂ ਦੇ ਸਾਰੇ ਫਰਜ਼ਾਂ ਨੂੰ ਬਾਖੂਬੀ ਨਿਭਾਉਂਦੇ ਹੋਏ ਬੜੇ ਹੀ ਸਾਦਾ ਸਧਾਰਨ ਸਿੰਪਲ ਜੀਵਨ ਨੂੰ ਬਤੀਤ ਕਰਦੇ ਹੋਏ ਸੰਸਾਰ ਤੋਂ ਰੁਖਸਤ ਹੋਏ ਹੋਏ। ਤੋ ਸਾਰੇ ਪਰਿਵਾਰ ਨੇ ਰਲ ਮਿਲ ਕੇ ਉਹਨਾਂ ਦੀ ਆਤਮਾ ਸੁੱਖ ਸ਼ਾਂਤੀ ਵਾਸਤੇ, ਪਰਿਵਾਰ ਨੂੰ ਚੜ੍ਹਦੀ ਕਲਾ ਵਾਸਤੇ, ਜੋ ਗੁਰੂ ਘਰ ਦੀ ਮਰਿਆਦਾ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਉਂਦੇ ਹਨ ਤਾਂ ਆਪਣੇ ਸਾਰੇ ਹੀ ਰਿਸ਼ਤੇਦਾਰ ਸਾਕਸ਼ੀ ਬੰਨੀ ਜਾਂਦੀਆਂ ਕਦਰਤ ਕਰਕੇ ਅਸੀਂ ਜਿਹੜੀ ਬਾਣੀ ਰਾਮ ਕਰਮ ਸੱਤ ਪੜ੍ਹਦੇ ਹਾਂ, ਮ੍ਰਿਤਕ ਪ੍ਰਾਣੀ ਅਨੰਤ ਅਮਰਦਾਸ ਦੇ ਭੋਗ ਤੋਂ ਪਹਿਲਾਂ ਉਸ ਬਾਣੀ ਵਿੱਚ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਅੰਤਿਮ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸ਼ੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਬੜੇ ਬੜੇ ਪੁਰਾਣ ਜੀ, ਤਾਂ ਕਿ ਸਾਨੂੰ ਅਹਿਸਾਸ ਹੋ ਸਕੇ। ਸਤਿ ਸੰਗਤ ਜੀ, ਗੁਰਬਾਣੀ ਸਾਨੂੰ ਇਸ ਤਰ੍ਹਾਂ ਅਹਿਸਾਸ ਕਰਾਉਂਦੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਬਹੁਤ ਲੰਮੀ ਉਮਰ ਭੋਗ ਕੇ ਬਹੁਤ ਜ਼ਿਆਦਾ ਸੁੱਖ ਸਾਧਨਾ ਸਹੂਲਤਾਂ ਫੈਸਿਲਿਟੀਆਂ ਪਦਾਰਥਾਂ ਦੇ ਭੋਗ ਕੇ ਹੀ ਇਹ ਜੀਵਨ ਸਫਲ ਹੁੰਦਾ ਹੈ। ਨਹੀਂ, ਅਸੀਂ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਉਸ ਬਾਣੀ ਦੇ ਵਿੱਚ ਇੱਕ ਪੌੜੀ ਆਉਂਦੀ ਹੈ, ਜੇ ਜੋ ਵਿਚਾਰੇ ਰਾਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਹੋਏ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ, ਜੇ ਇਸ ਨਜ਼ਰ ਨਾ ਆਵੇ ਤਾਂ ਵਾਰ ਵਾਰ ਪੁੱਛੇ ਕਿ। ਜ਼ਰੂਰੀ ਨਹੀਂ ਹੈ ਕਿ ਬੰਦੇ ਦਾ ਬਹੁਤ ਸਾਰਾ ਸੰਸਾਰ ਦੇ ਵਿੱਚ ਨਾਮਣਾ ਹੋਵੇ, ਰੋਲ ਮਾਡਲ ਹੋਵੇ, ਤਾਂ ਹੀ ਉਸਦੀ ਪਰਮਾਤਮਾ ਦੇ ਤਰ ਤੇ ਪ੍ਰਵਾਨਗੀ ਹੁੰਦੀ ਹੈ। ਨਹੀਂ, ਜੀਵਨ ਕਿਸ ਤਰ੍ਹਾਂ ਦਾ ਜੀਵਿਆ, ਜੀਵਨ ਦੇ ਫਰਜ਼ਾਂ ਨੂੰ ਕਿਸ ਤਰ੍ਹਾਂ ਨਿਭਾਇਆ, ਆਪਣੇ ਜੀਵਨ ਨੂੰ ਕਿਸ ਤਰੀਕੇ ਨਾਲ ਸਫਲ ਕੀਤਾ, ਇੰਪੋਰਟੈਂਸ ਮਹਾਨਤਾ ਇਸ ਦਾ ਜੀ ਹੈ। ਸੋ ਬਹੁਤ ਕੁਛ ਆਪਾਂ ਨੂੰ ਸਰਕਾਰ ਦੁਆਰਾ ਵੀ ਇਕੱਠੇ ਭਾਈ ਸਰਜੀਤ ਸਿੰਘ ਦੀ ਹਜ਼ੂਰੀ ਲੱਗੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲਿਆਂ ਨੇ ਗੁਰਬਾਣੀ ਕੀਰਤਨ ਅਤੇ ਗੁਰਬਾਣੀ ਦੇ ਜੋ ਅਰਥ ਵਿਚਾਰ ਭਾਵ ਸਨ ਉਹਨਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਅਸਲ ਦੇ ਵਿੱਚ ਇਹ ਜਿਹੜਾ ਆਪਾਂ ਅੰਤਮ ਅਰਦਾਸ ਦਾ ਜਿਹੜਾ ਮਹੱਤਵ ਹੈ ਉਹ ਇਹੀ ਹੁੰਦਾ ਹੈ ਕਿ ਅਸੀਂ ਵੀ ਇਸ ਸੰਸਾਰ ਦੇ ਉੱਪਰ ਸਦੀਵ ਕਾਲ ਨਹੀਂ ਰਹਿਣਾ ਹੈ, ਤਾਂ ਕਿ ਸਾਨੂੰ ਅਹਿਸਾਸ ਹੋ ਸਕੇ ਸਾਡਾ ਜਿਹੜਾ ਬਾਕੀ ਦਾ ਜੀਵਨ ਹੈ ਅਸੀਂ ਉਸ ਜੀਵਨ ਨੂੰ ਕਿਸ ਤਰੀਕੇ ਨਾਲ ਸਫਲ ਕਰ ਸਕਦੇ। ਸੋ ਬਹੁਤ ਨਾ ਕੁਛ ਕਹਿੰਦੇ ਹੋਏ ਨਿਮਰਤਾ ਸ਼ਰਦੀ ਹੈ, ਪਰਿਵਾਰ ਵੱਲੋਂ ਆਈ ਹੋਈ ਸਮੂਹ ਸੰਗਤ, ਵੀਰ ਸੁਰਿੰਦਰ ਸਿੰਘ ਜੀ, ਵੀਰ ਗੁਰਵਿੰਦਰ ਸਿੰਘ ਜੀ, ਉਹਨਾਂ ਦੇ ਅਜ਼ੀਜ਼ ਦੋਸਤ ਮਿੱਤਰ, ਉਹਨਾਂ ਦੇ ਕੁਲੀਗ, ਉਹਨਾਂ ਦੇ ਡਿਪਾਰਟਮੈਂਟ ਦੇ ਉਹਨਾਂ ਦੇ ਦੋਸਤ ਮਿੱਤਰ, ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਜਿਨ੍ਹਾਂ ਨੂੰ ਉਹਨਾਂ ਨੇ ਹਾਲ ਤੱਕ ਸੱਦੇ ਭੇਜੇ ਸੀ ਅਤੇ ਆਪਾਂ ਸਾਰੇ ਉਸ ਹਾਲ ਤੱਕ ਸੱਦੇ ਨੂੰ ਪੂਰਨ ਕਰਦੇ ਹੋਏ ਉਹਨਾਂ ਦੇ ਸਮਾਗਮਾਂ ਦੇ ਵਿੱਚ ਬਾਪੂ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹਨ। ਸੋ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ, ਵੋਟਾਂ ਤੋਂ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਾਡੇ ਸਮਾਜ ਦੀ ਇੱਕ ਰਸਮ ਹੈ, ਵੈਸੇ ਤਾਂ ਪਰਿਵਾਰ ਮਾਲਕ ਦੀ ਕਿਰਪਾ ਹੈ, ਵੀਰ ਸੁਰਿੰਦਰ ਸਿੰਘ ਜੀ, ਗੁਰਵਿੰਦਰ ਸਿੰਘ ਜੀ ਲੰਬੇ ਸਮੇਂ ਤੋਂ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਫਰਜ਼ਾਂ ਨੂੰ ਸੰਭਾਲ ਕੇ ਬਾਪੂ ਜੀ ਨੂੰ ਫ੍ਰੀ ਕੀਤਾ ਹੋਇਆ ਸੀ, ਬਿਲਕੁਲ ਰੁਖਸਤ ਕੀਤਾ ਹੋਇਆ ਸੀ, ਫਿਰ ਵੀ ਸਾਡੀ ਇੱਕ ਸਮਾਜਿਕ ਰਸਮ ਹੈ ਪਗੜੀ ਪਾਉਣੀ। ਤੋ ਮੈਂ ਵੀ ਸੁਰਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਗੁਰੂ ਪਾਤਸ਼ਾਹ ਦੇ ਸਾਹਮਣੇ ਆ ਕੇ ਸਿੱਧਰ ਦੀ ਕਿਰਪਾਲਤਾ ਕਰਨ, ਤਾਂ ਜੋ ਉਹਨਾਂ ਦੀ ਜਿਹੜੀ ਪਗੜੀ ਦੀ ਰਸਮ ਹੈ ਉਹ ਕੀਤੀ ਜਾਵੇ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਦੇਗ ਵਰਤਣ ਉਪਰੰਤ ਪਰਿਵਾਰ ਵੱਲੋਂ ਆਪ ਸਮਸਕਤਾਂ ਲਈ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹਨ। ਬੜੇ ਅਦਭੁਤ ਸਤਿਕਾਰ ਨਾਲ ਆਪ ਜੀ ਨੇ ਗੁਰੂ ਕੇ ਲੰਗਰ ਛੱਕ ਕੇ ਜਾ ਕੇ ਕਿਰਪਾਲਤਾ ਕਰਨੀ ਬੇਨਤੀ ਪ੍ਰਵਾਨ ਕਰਿਓ ਜੀ। ਵੀਰ ਸੁਰਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਤਿਗੁਰਾਂ ਦੇ ਸਾਹਮਣੇ ਸੱਜਣ ਦੇ ਕਿਰਪਾਲਤਾ ਕਰਨ, ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਜਿਹੜੀ ਪਗੜੀ ਪਾਈ ਉਹ ਅਦਾ ਕੀਤੀ ਜਾਵੇ।
ਹੋਰ ਭਾਜੀ ਨਹੀਂ ਚੱਲਣਾ ਕੰਮ ਹਨਾ ਇੱਥੇ ਕੋ ਹੋਈਏ ਇੱਥੋਂ ਕੋ ਬਣੂਗਾ ਕਿਹੜਾ ਹੈਲੋ ਹੈਲੋ ਉਹਨੂੰ ਮਾਰੇ ਮਾਰੇ ਤੂੰ ਨਿਭਾ ਦੱਸ ਮੈਂ ਤੁਸੀਂ ਹਾਂ ਮੈਂ ਮਾੜਾ ਜਿਹਾ ਉਧਰ ਕੱਢੇ ਮੈਂ ਕੰਮ ਦਿਖਾ ਰਹੀ ਆਪੇ ਹੱਥ ਸਾਫ਼